ਜਦੋਂ ਜਿਹੜੀ ਹਿੰਦੀ ਹੈ ਅੰਗਰੇਜ਼ੀ ਹੈ ਫ੍ਰੈਂਚ ਹੈ ਦਿਸ ਐਂਡ ਦੈਟ ਸਾਰਾ ਕੁਛ ਸਿੱਖੋ ਬੋਲੋ ਤੇ ਘਰ ਦੇ ਅੰਦਰ ਤੁਸੀਂ ਅੰਦਰ ਆਓਗੇ ਤੇ ਆਪਣੀ ਗੁਰਮੁਖੀ ਔਰ ਤੁਸੀਂ ਕਦੇ ਨੀ ਮਾਵਾਂ ਕਹਿੰਦੀਆਂ ਨੇ ਅਸੀਂ ਕੀ ਕਰ ਸਕਦੇ ਹਾਂ ਟੀਚਰ ਕਹਿੰਦੇ ਨੇ ਹਿੰਦੀ ਚ ਨਹੀਂ ਬੋਲਦੇ ਫਿਰ ਕੀ ਕਰੀਏ ਫਿਰ ਹਿੰਦੀ ਚ ਫੇਲ ਹੋ ਜਾਣਗੇ ਸਾਡੇ ਬੱਚੇ ਅੰਦਰ ਸਾਡੀਆਂ ਮੇਡ ਜਿਹੜੀਆਂ ਨੇ ਹਿੰਦੀ ਸਮਝਦੇ ਨੇ ਤੁਸੀਂ ਆਪਣੇ ਧਰਮ ਨੂੰ ਮੇਡ ਦੇ ਨਾਲ ਮਿਲਾ ਰਹੇ ਹੋ ਆਪਣਾ ਧਰਮ ਆਪਣੀ ਗੁਰਜਾਈ ਜਿਹੜੀ ਆਪਣੀ ਗੁਰਮੁਖੀ ਉਹਦੇ ਨਾਲ ਲੋਕਾਂ ਨਾਲ ਮਿਲਾ ਰਹੇ ਹੋ ਇਹ ਮਾਵਾਂ ਦਾ ਕਸੂਰ ਹੈ ਜਦੋਂ ਦੇ ਅੰਗਰੇਜ਼ ਗਏ ਨੇ ਉਹ ਹਿੰਦੀ ਬੋਲਦੇ ਨੇ ਸਮਝਦੇ ਉਹਨਾਂ ਦੀ ਪੁੱਛ ਲੈ ਹਮਕੋ ਤੁਮਕੋ ਕਰਨਾ ਉਹਨਾਂ ਦੀ ਪੁੱਛ ਲੈ ਅੰਗਰੇਜ਼ਾਂ ਦੀ ਜੋ ਜੇ ਆਏ ਨੇ ਤੁਹਾਨੂੰ ਖਤਮ ਕਰਨ ਲਈ ਮਾਵਾਂ ਦਾ ਕੰਮ ਹੈ ਤੁਸੀਂ ਜਾ ਕੇ ਸਾਰੀਆਂ ਬੀਬੀਆਂ ਨੂੰ ਦੱਸੋ ਐਵੇਂ ਨਖਰੇ ਨਾ ਕਰੋ ਅਖੇ ਅੰਗਰੇਜ਼ੀ ਬੋਲਣਾ ਅੱਛਾ ਲੱਗਦਾ ਬੱਚੇ ਨੂੰ ਸੋਏ ਬਚਪਨ ਚ ਕਹਿੰਦੀਆਂ ਡਾਰਲਿੰਗ ਹਾਓ ਆਰ ਯੂ ਆਈ ਲਵ ਯੂ ਆਈ ਕਿਸ ਯੂ ਹਾਓ ਆਰ ਯੂ ਬੇਬੀ ਜੇ ਬੇਬੀ ਹੈਲੋ ਬੋਲੋ ਵਾਈ ਇਹ ਨਕਲੀ ਚੋਲਾ ਕਦ ਤੱਕ ਪਾਓਗੇ ਕਦ ਤੱਕ ਗੋ ਤੁਹਾਡੀ ਬੀਬੀਆਂ ਦਾ ਕੰਮ ਹੈ ਇੱਕ ਇੱਕ ਬੀਬੀ ਦਸ ਦਸ ਘਰ ਸੰਭਾਲ ਸਕਦੀ ਹੈ ਜੇ ਦਸਵਾਂ ਬਾਬਾ ਜੀ ਦੇ ਡੱਬੇ ਵਿੱਚ ਪਾਉਂਦੇ ਹੋ ਨਾ ਆਪਣੀ ਤਨਖਾਹ ਦਾ ਇਹ ਦਸਵਾਂ ਹਿੱਸਾ ਤੁਸੀਂ ਆਪਣਾ ਪਾਓ ਜਾ ਕੇ ਗੁਰਬਾਣੀ ਫੈਲਾਓ ਗੁਰਬਾਣੀ ਨਾ ਵੀ ਫੈਲਾਓ ਬੱਚਿਆਂ ਨੂੰ ਗੁਰਮੁਖੀ ਬੋਲੋ ਫਿਰ ਉਹਨਾਂ ਨੂੰ ਊੜਾ ਐੜਾ ਸਿਖਾਓ ਇਸ ਉਮਰ ਦੇ ਵਿੱਚ ਮੈਂ ਡਰਾਈਵਰਾਂ ਨੂੰ ਮਿਸਲ ਜਦੋਂ ਜਿਹੜੀ ਹਿੰਦੀ ਹੈ ਅੰਗਰੇਜ਼ੀ ਹੈ ਫ੍ਰੈਂਚ ਹੈ ਦਿਸ ਐਂਡ ਦੈਟ ਸਾਰਾ ਕੁਛ ਸਿੱਖੋ ਬੋਲੋ ਤੇ ਘਰ ਦੇ ਅੰਦਰ ਤੁਸੀਂ ਅੰਦਰ ਆਓਗੇ ਤੇ ਆਪਣੀ ਗੁਰਮੁਖੀ ਔਰ ਤੁਸੀਂ ਕਦੇ ਨੀ ਮਾਵਾਂ ਕਹਿੰਦੀਆਂ ਨੇ ਅਸੀਂ ਕੀ ਕਰ ਸਕਦੇ ਹਾਂ ਟੀਚਰ ਕਹਿੰਦੇ ਨੇ ਹਿੰਦੀ ਚ ਨਹੀਂ ਬੋਲਦੇ ਫਿਰ ਕੀ ਕਰੀਏ ਫਿਰ ਹਿੰਦੀ ਚ ਫੇਲ ਹੋ ਜਾਣਗੇ ਸਾਡੇ ਬੱਚੇ ਅੰਦਰ ਸਾਡੀਆਂ ਮੇਡ ਜਿਹੜੀਆਂ ਨੇ ਹਿੰਦੀ ਸਮਝਦੇ ਨੇ ਤੁਸੀਂ ਆਪਣੇ ਧਰਮ ਨੂੰ ਮੇਡ ਦੇ ਨਾਲ ਮਿਲਾ ਰਹੇ ਹੋ ਆਪਣਾ ਧਰਮ ਆਪਣੀ ਗੁਰਜਾਈ ਜਿਹੜੀ ਆਪਣੀ ਗੁਰਮੁਖੀ ਉਹਦੇ ਨਾਲ ਲੋਕਾਂ ਨਾਲ ਮਿਲਾ ਰਹੇ ਹੋ ਇਹ ਮਾਵਾਂ ਦਾ ਕਸੂਰ ਹੈ ਜਦੋਂ ਦੇ ਅੰਗਰੇਜ਼ ਗਏ ਨੇ ਉਹ ਹਿੰਦੀ ਬੋਲਦੇ ਨੇ ਸਮਝਦੇ ਉਹਨਾਂ ਦੀ ਪੁੱਛ ਲੈ ਹਮਕੋ ਤੁਮਕੋ ਕਰਨਾ ਉਹਨਾਂ ਦੀ ਪੁੱਛ ਲੈ ਅੰਗਰੇਜ਼ਾਂ ਦੀ ਜੋ ਕਿ ਆਏ ਨੇ ਤੁਹਾਨੂੰ ਖਤਮ ਕਰਨ ਲਈ ਮਾਵਾਂ ਦਾ ਕੰਮ ਹੈ ਤੁਸੀਂ ਜਾ ਕੇ ਸਾਰੀਆਂ ਬੀਬੀਆਂ ਨੂੰ ਦੱਸੋ ਐਵੇਂ ਨਖਰੇ ਨਾ ਕਰੋ ਅਖੇ ਅੰਗਰੇਜ਼ੀ ਬੋਲਣਾ ਅੱਛਾ ਲੱਗਦਾ ਬੱਚੇ ਨੂੰ ਸੋਏ ਬਚਪਨ ਚ ਕਹਿੰਦੀਆਂ ਡਾਰਲਿੰਗ ਹਾਓ ਆਰ ਯੂ ਆਈ ਲਵ ਯੂ ਆਈ ਕਿਸ ਯੂ ਹਾਓ ਆਰ ਯੂ ਬੇਬੀ ਜੇ ਬੇਬੀ ਹੈਲੋ ਬੋਲੋ ਵਾਈ ਇਹ ਨਕਲੀ ਚੋਲਾ ਕਦ ਤੱਕ ਪਾਓਗੇ ਕਦ ਤੱਕ ਗੋ ਤੁਹਾਡੀ ਬੀਬੀਆਂ ਦਾ ਕੰਮ ਹੈ ਇੱਕ ਇੱਕ ਬੀਬੀ ਦਸ ਦਸ ਘਰ ਸੰਭਾਲ ਸਕਦੀ ਹੈ ਜੇ ਦਸਵਾਂ ਬਾਬਾ ਜੀ ਦੇ ਡੱਬੇ ਵਿੱਚ ਪਾਉਂਦੇ ਹੋ ਨਾ ਆਪਣੀ ਤਨਖਾਹ ਦਾ ਇਹ ਦਸਵਾਂ ਹਿੱਸਾ ਤੁਸੀਂ ਆਪਣਾ ਪਾਓ ਜਾ ਕੇ ਗੁਰਬਾਣੀ ਫੈਲਾਓ ਗੁਰਬਾਣੀ ਨਾ ਵੀ ਫੈਲਾਓ ਬੱਚਿਆਂ ਨੂੰ ਗੁਰਮੁਖੀ ਬੋਲੋ ਫਿਰ ਉਹਨਾਂ ਨੂੰ ਊੜਾ ਐੜਾ ਸਿਖਾਓ ਇਸ ਉਮਰ ਦੇ ਵਿੱਚ ਮੈਂ ਡਰਾਈਵਰਾਂ ਨੂੰ ਮਿਸਲ